84% ਦੇ ਕਰੀਬ ਜਿਹੜੀਆਂ ਬਰਿਆਈਆਂ ਨੇ ਉਹ ਭੇਖ ਟੱਕ ਲੰਘਦਾ, ਪਰ ਸਮਾਂ ਆਉਣ 'ਤੇ ਉਜਾਗਰ ਹੋ ਜਾਂਦੀਆਂ ਨੇ। ਓੜਕ ਸੱਚ ਰਹੀ, ਕੂੜਨ ਖੁੱਟੈ ਨਾਨਕਾ, ਓੜਕ ਸੱਚ ਰਹੀ। ਆ ਗਿਆ ਇੱਕ ਸਾਧੂ ਦੇ ਲਿਬਾਸ ਵਿੱਚ, ਲੱਦੀਆਂ ਪਈਆਂ ਬਾਹਾਂ ਬੂਹਾਂ, ਸਰੀਰ ਗਲ ਗੋਲ ਮਾਲਾਂ ਮੁਲਾਂ ਜੀਆਂ ਪਾ ਕੇ, ਲੋ ਲਸ਼ਕਰ ਗੁੰਠੀਆਂ ਨਾਲ ਹੱਥ ਭਰੇ ਪਏ। ਬਾਬਾ ਅੱਡਣ ਸ਼ਾਹ ਜੀ ਕੋਲ ਜਦੋਂ ਆਇਆ ਤੇ ਉਹਨੂੰ ਦੇਖ ਕੇ ਕਹਿੰਦੇ, ਧੰਨ ਗ੍ਰਸਤੀ, ਧੰਨ ਗ੍ਰਸਤੀ, ਧੰਨ ਗ੍ਰਸਤੀ। ਤੇ ਜਿਹੜਾ ਸਾਧੂ ਬਣਿਆ ਹੋਇਆ ਸੀ, ਹੈ ਨਹੀਂ ਸੀ ਅਸਲ 'ਚ, ਬਣਨ ਵਿੱਚ ਹੋਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸੱਜਣ ਠੱਗ ਧਰਮੀ ਬਣਦਾ ਸੀ, ਪਰ ਅਸਲ 'ਚ ਧਰਮੀ ਉਹ ਹੈ ਨਹੀਂ ਸੀ। ਜਦੋਂ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਪਈ, ਫਿਰ ਭਾਈ ਸੱਜਣ ਬਣ ਗਿਆ। ਭੂਮੀਆਂ ਚੋਰ ਸੀ, ਧਰਮੀ ਬਣਦਾ ਸੀ ਪਰ ਹੈ ਨਹੀਂ ਸੀ, ਅਤੇ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਪਈ, ਭਾਈ ਭੂਮੀਆਂ ਬਣ ਗਿਆ, ਕੌਡਾ ਰਾਕਸ਼ ਭਾਈ ਕੌਡਾ ਬਣ ਗਿਆ। ਬਣਨ ਵਿੱਚ ਅਤੇ ਹੋਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਈਸਾਈਅਤ ਦੇ ਵਿੱਚ ਆਉਂਦਾ ਹੈ ਕਿ ਪਰਮੇਸ਼ਵਰ ਨੇ ਆਹ ਸ੍ਰਿਸ਼ਟੀ ਜਿਹੜੀ ਸਾਜੀ ਹੈ, ਇਸਨੂੰ 6 ਦਿਨ ਲੱਗੇ ਨੇ। ਆਪਣੇ ਨਹੀਂ ਕੀਤਾ, ਪਸਾਓ ਏਕੋ ਕੁਆਓ, ਤਿਸ਼ਤੇ ਹੋਏ ਲੱਖ ਦਰਿਆਓ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਪਰ ਉਹਨਾਂ ਦਾ ਸਿਧਾਂਤ ਹੈ ਕਿ 6 ਦਿਨ ਲੱਗੇ ਸ੍ਰਿਸ਼ਟੀ ਸਾਜਣ ਨੂੰ, ਅਤੇ 7ਵੇਂ ਦਿਨ ਉਸਨੇ ਆਰਾਮ ਕੀਤਾ, ਰੱਬ ਨੂੰ ਵੀ ਵੰਡ ਲਿਆ ਇੱਕ ਬੰਦੇ ਦੀ ਤਰ੍ਹਾਂ ਕਿ ਉਹਨੇ ਵੀ ਆਰਾਮ ਕੀਤਾ। ਪਹਿਲੇ ਦਿਨ ਕੀ ਸੀ ਕਿ ਪਹਿਲੇ ਦਿਨ ਧਰਤੀ 'ਤੇ ਪਾਣੀ ਨੂੰ ਅਲੱਗ ਕੀਤਾ, ਦੂਜੇ ਦਿਨ 2 ਦੀਵੇ ਵਾਲੇ ਚੰਦ ਅਤੇ ਸੂਰਜ ਦੇ, ਤੀਜੇ ਦਿਨ ਬਨਸਪਤੀ ਦੇ ਜੀਵ ਪੈਦਾ ਕੀਤੇ, ਚੌਥੇ ਦਿਨ ਧਰਤੀ ਦੇ ਜੀਵ ਪੈਦਾ ਕੀਤੇ, 5ਵੇਂ ਦਿਨ ਪਾਣੀ ਦੇ ਜੀਵ ਪੈਦਾ ਕੀਤੇ, ਅਤੇ 6ਵੇਂ ਦਿਨ ਜਿੱਥੇ ਮੈਂ ਗੱਲ ਲਿਆਉਣੀ ਹੈ, ਭਾਵੇਂ ਆਪਾਂ ਗੁਰਮਤ ਸਹਿਮਤ ਨਹੀਂ ਪਰ ਜਿੱਥੇ ਕੋਈ ਅੰਸ਼ ਮਿਲਦਾ ਹੈ, 6ਵੇਂ ਦਿਨ ਉਸਨੇ ਆਪਣੇ ਵਰਗਾ ਇੱਕ ਮਨੁੱਖ ਪੈਦਾ ਕੀਤਾ, ਆਪਣੇ ਵਰਗਾ। ਆ ਹੁਣੇ ਮਹਾਂਪੁਰਖ ਭਿੱਖੀ ਵਾਲੇ ਬੋਲ ਕੇ ਧਾਰਨਾ ਗਾ ਕੇ ਗਏ ਨੇ ਕਿ ਸਾਈਂ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੇ। 6ਵੇਂ ਦਿਨ ਈਸਾਈਅਤ ਵਾਲੇ ਲਿਖਦੇ ਨੇ ਕਿ ਉਹਨਾਂ ਨੇ, ਪਰਮੇਸ਼ਵਰ ਨੇ ਆਪਣੇ ਵਰਗਾ ਮਨੁੱਖ ਪੈਦਾ ਕੀਤਾ, ਅਤੇ 7ਵੇਂ ਦਿਨ ਜਿਹੜਾ ਹੈ ਉਹ ਆਰਾਮ ਕੀਤਾ। ਜਿਹੜਾ ਉਹ ਆਪਣੇ ਵਰਗਾ ਮਨੁੱਖ ਸੀ, ਉਹ ਸਨ ਇਹ ਸਾਧੂ, ਉਹ ਸਨ ਇਹ ਸੰਤ, ਉਹ ਨੇ ਰੱਬ ਦੇ ਪਿਆਰੇ। ਆਪ ਜਪੋ ਅਵਰ ਹੈ ਨਾਮ ਜਪਾਵੋ। ਇਹ ਕਰਮਾਂ ਕੁਰਮਾਂ ਦੇ ਵਜੇ ਹੋਏ ਨਹੀਂ ਆਉਂਦੇ। ਆਪਾਂ ਧਾਰਨਾ ਸੁਣਦੇ ਹਾਂ ਕਿ ਸਾਧੂ ਭੇਜੇ ਆਪ ਰੱਬ ਨੇ, ਲੋਕ ਬੰਨੇ ਹੋਏ ਕਰਮਾਂ ਦੇ ਆਉਂਦੇ ਨੇ, ਇਹ ਨਹੀਂ ਆਉਂਦੇ। ਕਿਵੇਂ ਨਹੀਂ ਆਉਂਦੇ? ਕਰਮ ਜਿਹੜਾ ਚਿੰਬੜਦਾ, ਉਹ 3 ਚੀਜ਼ਾਂ ਨੂੰ ਚਿੰਬੜਦਾ, ਅਗਿਆਨਤਾ ਨੂੰ, ਉਹ ਗਿਆਨ ਵਿੱਚ ਨਹੀਂ। ਗੁਰਬਾਣੀ, ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ। ਦੂਸਰਾ ਅੰਤਸ਼ਕਰਨ ਚਾਹੀਦਾ ਹੈ, ਮਨ ਬੁੱਧ ਚਿੱਤ ਅਹੰ ਭਾਵ, ਉਹ ਵੀ ਉਹਨਾਂ ਦਾ ਨਿਰਮਲ ਹੁੰਦਾ। ਤੂੰ ਤੂੰ ਕਰਤਾ ਤੂੰ ਰਹਾ ਹੋਆ, ਮੁਝਵੇ ਰਾਣਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਤ ਤੂੰ। ਤੀਸਰੀ ਹੈ ਚੇਤਨਾ, ਉਹ ਚੇਤਨਾ ਕਰਕੇ ਵੀ ਸਦਾ ਹੀ ਜਾਗਦੇ ਨੇ। ਪੂਰਵ ਕਰਮ ਅੰਕਰ ਜਗ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਦੇਨ ਮਿਰਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਉਹ ਸਦਾ ਹੀ ਸਦ ਚੇਤਨ ਨੇ, ਅਤੇ ਉਹ ਫਿਰ ਅਗਿਆਨਤਾ 'ਚ ਨਹੀਂ। ਅਤੇ ਕਰਮ ਫਿਰ ਚਿੰਬੜਨਾ ਕੀ ਹੈ? ਉਹ ਸਾਡੀ ਸਾਰਿਆਂ ਦੀ ਪਰਾ ਲਭਦ ਲੈ ਕੇ ਆਏ ਨੇ, ਸਾਡੀ ਸਾਰਿਆਂ ਦੀ। ਆਪਾਂ ਜਿੰਨੇ ਜੁੜੇ ਹਾਂ, ਅੱਜ ਵੀ ਜੁੜ ਰਹੇ ਹਾਂ, ਅਤੇ ਉਸ ਪਰਾ ਲਭਦ 'ਚੋਂ, ਉਸ ਸਾਰੀ ਪਰਾ ਲਭਦ 'ਚੋਂ ਸਾਨੂੰ ਇੱਕ ਹੀਰਾ ਦਿੱਤਾ ਸੰਤ ਬਾਬਾ ਕਸ਼ਮੀਰਾ ਸਿੰਘ ਜੀ, ਕਿ ਲੈ ਬਈ ਆਹ ਫੜ ਬਖਸ਼ਾਂ।
ਤੇ ਤੋਰ ਉਸੇ ਮਿਸ਼ਨ ਨੂੰ ਅੱਗੇ। ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਉਂ ਮੈਂ ਸਾਰਾ। ਬਖਸ਼ਿਸ਼ਾਂ ਵੀ ਉਹਨਾਂ 'ਤੇ ਹੁੰਦੀਆਂ ਨੇ ਜਿਹੜੇ ਘਾਲਣਾ ਕਮਾਈਆਂ ਕਰਦੇ ਨੇ। ਇੱਥੇ ਚਲਾਕੀਆਂ ਚਲੁਕੀਆਂ ਜੀਆਂ ਨਹੀਂ ਚੱਲਦੀਆਂ, ਇੱਥੇ ਤਾਂ ਕਸਵੱਟੀਆਂ ਸੇਵਾ ਸਿਮਰ ਅਤੇ ਘਾਲਣਾ ਕਮਾਈਆਂ ਦੀਆਂ ਨੇ। ਅੱਡਣ ਸ਼ਾਹ ਕੋਲ, ਬਾਬਾ ਅੱਡਣ ਸ਼ਾਹ ਕੋਲ ਆ ਗਿਆ, ਲਧਿਆ ਪਿਆ ਅਸਮਾਨ ਜੇ ਨਾਲ, ਕਹਿੰਦੇ ਧੰਨ ਗ੍ਰਸਤੀ ਧੰਨ ਗ੍ਰਸਤੀ। ਉਹ ਕਹਿਣ ਲੱਗੇ ਬਾਬਾ ਜੀ ਮੈਂ ਸਾਧੂ ਤੁਹਾਡੇ ਕੋਲ ਆਇਆ, ਤੁਹਾਨੂੰ ਕਹਿਣਾ ਜਿਹਦਾ ਧੰਨ ਗ੍ਰਸਤੀ ਧੰਨ ਗ੍ਰਸ ਧੰਨ ਸਾਧੂ ਧੰਨ ਸਾਧੂ। ਕਹਿੰਦੇ ਗੱਲ ਸੁਣ ਲਾ, ਬਹਿ ਕੇ ਵਿਚਾਰ ਕਰ। ਕਹਿੰਦੇ ਜੇ ਤੂੰ ਪੂਰਨ ਰੂਪ 'ਚ ਸਾਧੂ ਹੁੰਦਾ ਤੇਰਾ ਅਸਰ ਦੁਨੀਆਦਾਰ ਬੰਦਿਆਂ ਗ੍ਰਸਤੀਆਂ 'ਤੇ ਪੈਣਾ ਸੀ ਜੇ ਤੂੰ ਸਾਧੂ ਹੁੰਦਾ, ਪਰ ਕੰਮ ਉਲਟਾ ਹੋ ਗਿਆ। ਦੁਨੀਆਦਾਰ ਬੰਦਿਆਂ ਦਾ ਅਸਰ, ਉਹਨਾਂ ਗ੍ਰਸਤੀਆਂ ਦਾ ਅਸਰ ਜਿਹੜੇ ਪਦਾਰਥਾਂ ਦੀ ਚੱਕਾ ਚੌਂਤ ਜੀਵਨ ਜਿਉਂਦੇ ਨੇ, ਤੂੰ ਆ ਗੁੰਠੀਆਂ ਗਾਂਠੀਆਂ ਜਿਹਾ ਪਾ ਕੇ ਲੱਦਿਆ ਫਿਰਦਾ, ਤੇਰੇ 'ਤੇ ਅਸਰ ਹੋ ਗਿਆ, ਫਿਰ ਉਹ ਵੱਡੇ ਹੋਏ ਕਿ ਤੂੰ? ਫਿਰ ਕਹਿਣਾ ਹੀ ਪੈਣਾ ਨਾ ਧੰਨ ਗ੍ਰਸਤੀ, ਉਹਨਾਂ ਦਾ ਅਸਰ ਤੇਰੇ 'ਤੇ ਪੈ ਗਿਆ। ਢਹਿ ਪਿਆ ਚਰਨਾਂ 'ਤੇ, ਲਾ ਦਿੱਤਾ ਸਮਾਨ ਸਮੁੰਜਾ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ, ਆਪ ਗਵਾ ਕੇ। ਬਾਬਾ ਕਸ਼ਮੀਰਾ ਸਿੰਘ ਜੀ ਅੱਜ ਤੋਂ 20 ਸਾਲ ਪਹਿਲਾਂ, 30 ਸਾਲ ਪਹਿਲਾਂ, 40 ਸਾਲ ਪਹਿਲਾਂ ਉਸੇ ਪ੍ਰਪਾਟੀ 'ਤੇ, ਉਸੇ ਟਰੈਡੀਸ਼ਨ 'ਤੇ, ਉਸੀ ਪਰੰਪਰਾ 'ਤੇ, ਉਸੇ ਚਾਲੀ 'ਤੇ ਤੁਰੇ ਹੋਏ ਨੇ। ਆਪ ਜਪੋ ਅਵਰ ਹੈ ਨਾਮ ਜਪਾਵੋ, ਅਤੇ ਫਿਰ ਉਹਨਾਂ ਦੀ ਰਚਨਾ ਤੋਂ ਜਦੋਂ ਕੀਰਤਨ ਕਰਦੇ ਨੇ, ਇਸ ਹਰਮੋਨੀਏ 'ਤੇ ਜਦੋਂ ਰੱਖਦੇ ਨੇ ਉਂਗਲਾਂ, ਸੰਤ ਬਾਬਾ ਕਸ਼ਮੀਰਾ ਸਿੰਘ ਜੀ ਉਹਨਾਂ ਦਾ ਹੀ ਰੂਪ ਹੋ ਕੇ। ਤਿੰਨ ਰੂਪ ਹੁੰਦੇ ਨੇ, ਇੱਕ ਨਿਰਗੁਣ ਰੂਪ ਸਾਰੇ ਸਮਾਏ ਹੋਏ ਨੇ, ਦੂਸਰਾ ਸੰਗਤ ਦੇ ਵਿੱਚ ਸੰਗਤ ਹਰਪਰਾ ਵੱਸਿਆ ਜੀਓ, ਤੀਸਰਾ ਜਿਹਨੂੰ ਉਹ ਥਾਪੜਾ ਦੇ ਜਾਣ, ਉੱਤੇ ਬਖਸ਼ਿਸ਼ਾਂ ਫਿਰ ਕਰਦੇ ਨੇ ਅਤੇ ਉਹ ਮਿਸ਼ਨ ਨੂੰ ਫਿਰ ਅੱਗੇ ਤੋਰ ਕੇ ਲਿਜਾਉਂਦੇ ਲਿਜਾ ਰਹੇ ਨੇ।